Hello everyone, welcome to the session. ਅੱਜ ਦੀ ਕਲਾਸ ਚ ਆਪਾਂ ਪੜ੍ਹਨ ਜਾ ਰਹੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 10ਵੀਂ ਕਲਾਸ ਦੀ ਬੁੱਕ ਵੈਲਕਮ ਲਾਈਫ ਸਵਾਗਤ ਜ਼ਿੰਦਗੀ ਤੇ ਉਹਦਾ ਤੀਜਾ ਚੈਪਟਰ ਇੰਟਰਪਰਸਨਲ ਰਿਲੇਸ਼ਨਸ਼ਿਪ ਤੇ ਅੱਜ ਉਹਦੇ ਵਿੱਚ ਡਿਸਕਸ ਕਰਾਂਗੇ ਇਹਦਾ ਡੀ ਪਾਰਟ ਐਟੀਟਿਊਡ ਐਂਡ ਬਿਹੇਵੀਅਰ ਬਾਰੇ ਯਾਨੀ ਰਵੱਈਆ ਤੇ ਵਿਵਹਾਰ ਬਾਰੇ ਠੀਕ ਹੈ ਬਾਕੀ ਦੇ ਜਿਹੜੇ ਪਾਰਟਸ ਹੈਗੇ ਨੇ ਜੇ ਚੈਪਟਰ ਹੈਗੇ ਨੇ ਉਹ ਪਲੇਲਿਸਟ ਦੇ ਵਿੱਚ ਆਲਰੇਡੀ ਅਪਲੋਡ ਕੀਤੇ ਹੋਏ ਨੇ ਤੁਸੀਂ ਜਾ ਕੇ ਦੇਖ ਸਕਦੇ ਹੋ ਸ਼ੁਰੂ ਕਰਦੇ ਹਾਂ Dear students, good attitude and behavior polish our personality. ਸਾਨੂੰ ਸਾਰਿਆਂ ਨੂੰ ਪਤਾ ਹੈ ਬੱਚਿਓ ਵੀ ਚੰਗਾ ਰਵੱਈਆ ਤੇ ਵਿਵਹਾਰ ਸਾਡੀ ਸ਼ਖਸੀਅਤ ਨੂੰ ਹੋਰ ਨਿਖਾਰਦਾ ਹੈ, ਵਧੀਆ ਬਣਾਉਂਦਾ ਹੈ. How we behave with anyone, how we react, it all makes our identity, our personality and our image also. ਅਸੀਂ ਕਿਸੇ ਨਾਲ ਕਿਸ ਤਰੀਕੇ ਦਾ ਵਿਵਹਾਰ ਕਰਦੇ ਹਾਂ, ਕੀ ਪ੍ਰਤੀਕਿਰਿਆ ਹੁੰਦੀ ਹੈ, ਉਹ ਸਭ ਸਾਡੀ ਪਛਾਣ, ਸਾਡੀ ਸ਼ਖਸੀਅਤ ਤੇ ਸਾਡੀ ਆਪਾਂ ਇਹ ਕਹਿ ਸਕਦੇ ਹਾਂ ਇੱਕ ਤਰੀਕੇ ਦੇ ਨਾਲ ਛਵੀ ਬਣਾਉਂਦਾ। ਸੋ ਵੀ ਨੀਡ ਟੂ ਲਰਨ ਗੁੱਡ ਬਿਹੇਵੀਅਰ ਐਂਡ ਗਿਵ ਅਪ ਦ ਬੈਡ ਹੈਬਿਟਸ। ਇਸੇ ਲਈ ਸਾਨੂੰ ਚੰਗਾ ਵਿਵਹਾਰ ਸਿੱਖਣਾ ਚਾਹੀਦਾ ਤੇ ਬੁਰੀਆਂ ਆਦਤਾਂ ਨੂੰ ਛੱਡ ਦੇਣਾ ਚਾਹੀਦਾ। ਫੋਰ ਐਗਜ਼ਾਮਪਲ, ਫਾਈਟਿੰਗ, ਕੁਆਰਲਿੰਗ, ਡਾਊਟਿੰਗ ਸਮਵਨ, ਆਲ ਦੀਜ਼ ਆਰ ਨੈਗੇਟਿਵ ਐਟੀਟਿਊਡ। ਜਿਵੇਂ ਕਿ ਮੈਂ ਗੱਲ ਕਰਾਂ ਉਦਾਹਰਨ ਦੇ ਤੌਰ ਤੇ ਲੜਨਾ, ਝਗੜਨਾ ਕਿਸੇ ਨਾਲ, ਆਪਾਂ ਇਹ ਕਹਿ ਸਕਦੇ ਹਾਂ ਡਾਊਟ ਕਰਨਾ, ਸ਼ੱਕ ਕਰਨਾ, ਇਹ ਸਾਰੇ ਨੈਗੇਟਿਵ ਐਟੀਟਿਊਡ ਹੈਗੇ ਨੇ। ਇਨਸਟੈਡ ਆਫ ਆਲ ਦਿਸ, ਇਹਨਾਂ ਸਾਰਿਆਂ ਦੀ ਥਾਂ ਤੇ ਵੀ ਨੀਡ ਟੂ ਲਿਵ ਹੈਪੀਲੀ, ਖੁਸ਼ ਰਹਿਣ ਦੀ ਕੋਸ਼ਿਸ਼ ਕਰੋ। ਪੋਜ਼ਿਟਿਵਿਟੀ, ਮਤਲਬ ਬਹੁਤ ਵਧੀਆ ਜਿਹੜੀ ਖੁਸ਼ੀ ਆ ਉਹ ਫੈਲਾਓ। ਹਾਰਡ ਵਰਕਿੰਗ ਬਣੋ, ਮਿਹਨਤੀ ਬਣੋ, ਸੋਫਟ ਸਪੀਕਿੰਗ, ਠੀਕ ਹੈ, ਸੋਫਟ ਸਪੋਕਨ ਬਣੋ। ਸਪੋਕਨ ਦਾ ਮਤਲਬ ਜੋ ਪਿਆਰ ਨਾਲ ਗੱਲ ਕਰਦਾ ਹੈ। ਐਂਡ ਕੇਅਰ ਆਰ ਦਾ ਟ੍ਰੇਟਸ ਕੰਸਿਡਰਡ ਟੂ ਬੀ ਪਾਰਟ ਆਫ ਗੁੱਡ ਬਿਹੇਵੀਅਰ। ਵੀ ਤੁਸੀਂ ਖੁਸ਼ੀਆਂ ਫੈਲਾਓ, ਜੀਓ, ਠੀਕ ਹੈ, ਵਧੀਆ ਸੋਚ ਰੱਖੋ, ਬੋਲਣਾ ਮਿੱਠਾ ਕਰੋ, ਇਹ ਪੋਜ਼ਿਟਿਵ ਬਿਹੇਵੀਅਰ ਦੇ ਟ੍ਰੇਟਸ ਹੈਗੇ ਨੇ। ਹੁਣ ਸਾਨੂੰ ਇੱਥੇ ਐਕਟੀਵਿਟੀ ਦਿੱਤੀ ਗਈ ਹੈ ਤੇ ਇੱਥੇ ਕਿਹਾ ਗਿਆ, ਡੀਅਰ ਸਟੂਡੈਂਟਸ, ਲੈਟ ਅਸ ਡੂ ਐਨ ਐਕਟੀਵਿਟੀ ਇਨ ਦਾ ਕਲਾਸਰੂਮ। ਯੂ ਹੈਵ ਟੂ ਰਾਈਟ ਡਾਊਨ ਔਨ ਯੋਰ ਨੋਟ ਯੂ ਹੈਵ ਟੂ ਰਾਈਟ ਡਾਊਨ ਔਨ ਯੋਰ ਵਰਕਸ਼ੀਟ ਹੇਅਰ। ਇੱਥੇ ਤੁਸੀਂ ਲਿਖਣਾ ਆਂਸਰ, ਵਿਚ ਟਾਈਪ ਆਫ ਬਿਹੇਵੀਅਰ ਇਜ਼ ਕਰੈਕਟ, ਕਿਹੜਾ ਰਵੱਈਆ ਠੀਕ। ਇੱਕ ਸਿਚੁਏਸ਼ਨ ਦਿੱਤੀ ਹੋਈ ਹੈ, ਯੂ ਆਰ ਗੋਇੰਗ ਔਨ ਦਾ ਰੋਡ, ਸੜਕ ਤੇ ਤੁਸੀਂ ਜਾ ਰਹੇ ਹੋ। ਇਨ ਫਰੰਟ ਆਫ ਯੂ ਆਈ ਵੱਡਾ ਆਏਗਾ, ਅ ਬੋਏ ਇਜ਼ ਈਟਿੰਗ ਅ ਬਨੈਨਾ ਐਂਡ ਹੀ ਥਰੋਜ਼ ਦਾ ਬਨੈਨਾ ਪੀਲ ਔਨ ਦਾ ਰੋਡ। ਤੁਹਾਡੇ ਅੱਗੇ ਅੱਗੇ ਜਿਹੜਾ ਮੁੰਡਾ ਜਾ ਰਿਹਾ ਉਹ ਸੜਕ ਤੇ ਉਹ ਕੇਲਾ ਖਾ ਰਿਹਾ ਤੇ ਉਹਨੇ ਸੜਕ ਤੇ ਹੀ ਛਿਲਕਾ ਸਿੱਟ ਦਿੱਤਾ। ਦੈਨ ਵਟ ਵਿਲ ਬੀ ਯੋਰ ਰਿਐਕਸ਼ਨ, ਤੁਸੀਂ ਕੀ ਇਹਦੇ ਤੇ ਪ੍ਰਤੀਕਿਰਿਆ ਦਿਖਾਓਗੇ, ਰਿਐਕਸ਼ਨ ਕੀ ਹੋਏਗਾ? ਪਹਿਲਾਂ ਯੂ ਵਿਲ ਟਰਾਈ ਟੂ ਪਰਸੂਏਟ ਦਾ ਬੋਏ, ਤੁਸੀਂ ਉਸ ਮੁੰਡੇ ਨੂੰ ਜਾ ਕੇ ਮਨਾਉਣ ਦੀ ਕੋਸ਼ਿਸ਼ ਕਰੋਗੇ ਕਿ ਨਹੀਂ ਨਹੀਂ ਚੱਕ ਕੇ ਸਿੱਟ ਕੂੜੇ ਦੇ ਵਿੱਚ। ਦੂਜਾ, ਯੂ ਵਿਲ ਕਾਲ ਸਮਵਨ ਐਲਸ ਟੂ ਪਿਕ ਅਪ ਦਾ ਬਨਾਨਾ ਪੀਲ, ਤੁਸੀਂ ਕਿਸੇ ਹੋਰ ਨੂੰ ਬੁਲਾਓਗੇ ਵੀ ਇਹ ਛਿਲਕਾ ਚੱਕ। ਤੀਜਾ, ਯੂ ਵਿਲ ਯੋਰ ਸੈਲਫ ਪਿਕ ਅਪ ਦ ਬਨੈਨਾ ਪੀਲ ਐਂਡ ਥਰੋ ਇਟ ਇਨ ਦ ਡਸਟਬਿਨ, ਤੁਸੀਂ ਆਪ ਚੱਕ ਕੇ ਸਿੱਟ ਦੋਗੇ ਕੂੜੇਦਾਨ ਦੇ ਵਿੱਚ। ਯਾ ਯੂ ਵਿਲ ਕਾਲ ਦ ਪੁਲਿਸ ਐਂਡ ਕੰਪਲੇਨ ਦ ਬੋਏ, ਪੁਲਿਸ ਨੂੰ ਬੁਲਾ ਕੇ ਸ਼ਿਕਾਇਤ ਲਾਉਂਗੇ। ਦੇਖੋ ਮੈਂ ਇੱਥੇ ਇਹਦਾ ਆਂਸਰ ਲਿਖਿਆ ਵੀ ਠੀਕ ਹੈ, ਮੈਂ ਪਿਕ ਕਰਾਂਗੀ ਬਨੈਨਾ ਦਾ ਛਿਲਕਾ ਤੇ ਉਹਨੂੰ ਸਿੱਟ ਦਾਂਗੀ ਡਸਟਬਿਨ ਦੇ ਵਿੱਚ, ਪਰ ਐਡੀਸ਼ਨਲੀ ਆਈ ਵੁੱਡ ਜੈਂਟਲੀ, ਪਿਆਰ ਦੇ ਨਾਲ ਐਕਸਪਲੇਨ ਟੂ ਦ ਬੋਏ ਵਾਈ ਇਟਸ ਇੰਪੋਰਟੈਂਟ ਟੂ ਡਿਸਪੋਜ਼ ਦ ਵੇਸਟ ਪ੍ਰੋਪਰਲੀ, ਵੀ ਕੂੜੇਦਾਨ ਵਿੱਚ ਸਿੱਟਣਾ ਕਿਉਂ ਜ਼ਰੂਰੀ ਹੈ ਪਿਆਰ ਦੇ ਨਾਲ। ਇੱਦਾਂ ਕਹਿ ਕੇ, ਹੇ ਦੇਅਰ, ਇਟਸ ਇੰਪੋਰਟੈਂਟ ਟੂ ਥਰੋ ਬਨੈਨਾ ਪੀਲਸ ਐਂਡ ਅਦਰ ਟ੍ਰੈਸ਼ ਇਨ ਦ ਡਸਟਬਿਨ ਟੂ ਕੀਪ ਆਰ ਇਨਵਾਇਰਮੈਂਟ ਕਲੀਨ ਐਂਡ ਸੇਫ ਫਾਰ ਐਵਰੀਵਨ, ਕੂੜਾ ਕੂੜੇਦਾਨ ਵੀ ਸਿੱਟਣਾ ਜ਼ਰੂਰੀ ਹੈ ਤਾਂ ਕਿ ਵਾਤਾਵਰਨ ਸਾਫ਼ ਰਹੇ ਤੇ ਬਾਕੀ ਲੋਕ ਸੁਰੱਖਿਅਤ ਮਹਿਸੂਸ ਕਰਨ। ਲੈਟਸ ਬੀ ਰਿਸਪੋਂਸਿਬਲ ਐਂਡ ਹੈਲਪ ਟੇਕ ਕੇਅਰ ਆਫ ਆਰ ਸਰਾਊਂਡਿੰਗਸ, ਤੇ ਚਲੋ ਆਪਾਂ ਜ਼ਿੰਮੇਦਾਰੀ ਲਈਏ ਆਪਣੀ ਆਲਾ ਦੁਆਲਾ ਸਾਫ਼ ਰੱਖਣ ਦੀ ਤੇ ਮਦਦ ਕਰੀਏ ਸਾਰਿਆਂ ਦੀ ਇਹ ਸਾਫ਼ ਸਫ਼ਾਈ ਰੱਖਣ ਦੇ ਵਿੱਚ।
This approach not only resolves the immediate issue but also helps educate the boy on the importance of cleanliness and responsibility. ਇਹ ਗੱਲਾਂ ਕਹਿ ਕੇ ਸਿਰਫ ਉਹ ਇਸ਼ੂ ਨਹੀਂ ਸੋਲਵ ਹੋਏਗਾ ਵੀ ਉਹਨੇ ਛਿਲਕਾ ਇੱਧਰ ਉੱਧਰ ਸਿੱਟਾ, ਸਗੋਂ ਉਹਨੂੰ ਜਾਗਰੂਕਤਾ ਮਿਲੇਗੀ ਵੀ ਆਲਾ ਦੁਆਲਾ ਸਾਫ਼ ਰੱਖਣਾ ਕਿੰਨਾ ਜ਼ਰੂਰੀ ਹੈ, ਕਿੰਨਾ ਮਹੱਤਵਪੂਰਨ ਹੈ। ਠੀਕ ਹੈ ਜੀ, ਅੱਗੇ ਇੱਕ ਹੋਰ ਸਿਚੁਏਸ਼ਨ ਦਿੱਤੀ ਹੋਈ ਹੈ। ਯੋਰ ਫਰੈਂਡਸ ਗਿਫਟਡ ਐਨ ਐਮਟੀ ਚੌਕ ਬਾਕਸ ਔਨ ਯੋਰ ਬਰਥਡੇ, ਤੁਹਾਡੇ ਦੋਸਤਾਂ ਨੇ ਤੁਹਾਨੂੰ ਜਨਮ ਦਿਨ 'ਤੇ ਖਾਲੀ ਚੌਕ ਦਾ ਡੱਬਾ ਗਿਫਟ ਕੀਤਾ। ਦ ਬਾਕਸ ਇਜ਼ ਟੋਟਲੀ ਐਮਟੀ, ਬਿਲਕੁਲ ਖਾਲੀ ਹੈ। ਵਟ ਵਿਲ ਬੀ ਅਰ ਰਿਐਕਸ਼ਨ, ਤੁਹਾਡਾ ਰਿਐਕਸ਼ਨ ਕੀ ਹੋਏਗਾ? ਯੂ ਵਿਲ ਸਟੋਪ ਟਾਕਿੰਗ ਟੂ ਦੈਮ, ਗੱਲ ਕਰਨੀ ਬੰਦ ਕਰ ਦੋਗੇ? ਯੂ ਲੁੱਕ ਐਟ ਦੈਮ ਐਂਡ ਸਮਾਈਲ, ਉਹਨਾਂ ਵੱਲ ਦੇਖ ਕੇ ਤੁਸੀਂ ਸਮਾਈਲ ਕਰੋਗੇ, ਜਾਂ ਯੂ ਵਿਲ ਇਗਨੋਰ ਦੈਮ, ਉਹਨਾਂ ਨੂੰ ਬਿਲਕੁਲ ਹੀ ਇਗਨੋਰ ਕਰ ਦੋਗੇ, ਨਜ਼ਰ ਅੰਦਾਜ਼ ਕਰ ਦੋਗੇ, ਜਾਂ ਯੂ ਵਿਲ ਬੀ ਐਂਗਰੀ, ਗੁੱਸੇ ਹੋਗੇ। ਤੇ ਮੈਂ ਇਹਦਾ ਆਂਸਰ ਲਿਖਿਆ, ਯੂ ਲੁੱਕ ਐਟ ਦੈਮ ਐਂਡ ਸਮਾਈਲ, ਮੈਂ ਉਹਨਾਂ ਵੱਲ ਦੇਖ ਕੇ ਸਮਾਈਲ ਕਰਾਂਗੀ। ਥੈਂਕ ਯੂ ਫੋਰ ਦਾ ਯੂਨੀਕ ਗਿਫਟ, ਇਹ ਕਹਾਂਗੀ ਵੀ ਤੁਹਾਡਾ ਗਿਫਟ ਬਹੁਤ ਵੱਖਰਾ ਹੈ। ਆਈ ਐਮ ਸ਼ੋਰ ਦੇਰਸ ਅ ਫਨ ਸਟੋਰੀ ਬਿਹਾਈਂਡ ਇਟ, ਵੀ ਮੈਨੂੰ ਲੱਗਦਾ ਇਹਦੇ ਪਿੱਛੇ ਕੋਈ ਨਾ ਕੋਈ ਫਨੀ ਸਟੋਰੀ ਹੋਏਗੀ। ਲੈਟਸ ਇੰਜੋਏ ਦ ਡੇ ਟੁਗੈਦਰ, ਚਲੋ ਜਨਮ ਦਿਨ ਮਨਾਉਂਦੇ ਹਾਂ। ਦਿਸ ਵੇ ਆਈ ਸ਼ੋ ਅਪਰੀਸ਼ੀਏਸ਼ਨ ਫੋਰ ਦ ਥਾਟ ਬਿਹਾਈਂਡ ਦ ਜੈਸਚਰ ਐਂਡ ਮੇਨਟੇਨ ਅ ਪੋਜ਼ਿਟਿਵ ਐਟਮੋਸਫੇਅਰ। ਇਹ ਕਹਿ ਕੇ ਨਾ ਮਤਲਬ ਪੋਜ਼ਿਟਿਵਿਟੀ ਰੱਖਾਂਗੀ ਤੇ ਇਹ ਵੀ ਸੋਚਾਂਗੀ ਅਗਲਿਆਂ ਨੇ ਮਿਹਨਤ ਤਾਂ ਕੀਤੀ ਨਾ, ਕੁਛ ਤਾਂ ਦਿੱਤਾ ਹੈ ਨਾ। ਅੱਗੇ ਹੈਗਾ ਡਿਵਾਈਡ ਯੋਰ ਸੈਲਫ ਇਨ ਵੇਰੀਅਸ ਗਰੁੱਪਸ, ਗਰੁੱਪਸ ਦੇ ਵਿੱਚ ਡਿਵਾਈਡ ਕਰ ਲਓ। ਟੇਕ ਸਰਟਨ ਸਿਚੁਏਸ਼ਨ, ਸਥਿਤੀਆਂ ਲੈ ਲਓ। ਚੂਜ਼ ਵਨ ਫਰੋਮ ਦ ਰਾਈਟ ਪੈਟਰਨਸ ਆਫ ਬਿਹੇਵੀਅਰ ਐਂਡ ਵਨ ਫਰੋਮ ਦ ਰੋਂਗ ਪੈਟਰਨਸ ਆਫ ਬਿਹੇਵੀਅਰ, ਫਿਰ ਕਿਹੜੇ ਕਿਹੜੇ ਰਵੱਈਏ ਠੀਕ ਨੇ, ਕਿਹੜੇ ਕਿਹੜੇ ਗਲਤ ਨੇ, ਉਹਨਾਂ ਬਾਰੇ ਚਰਚਾ ਕਰੋ। ਐਕਟ ਇਨ ਫਰੰਟ ਆਫ ਦ ਹੋਲ ਕਲਾਸ ਐਂਡ ਡਿਸਕਸ ਅਬਾਊਟ ਇਟ, ਵਿਚ ਬਿਹੇਵੀਅਰ ਇਜ਼ ਰਾਈਟ ਐਂਡ ਵਿਚ ਵਨ ਇਜ਼ ਰੋਂਗ, ਇਹਨਾਂ ਵਿੱਚੋਂ ਤੁਸੀਂ ਦੱਸਣਾ ਵੀ ਕਿਹੜਾ ਸਹੀ ਹੈ ਕਿਹੜਾ ਗਲਤ ਹੈ, ਕਲਾਸ ਦੇ ਵਿੱਚ ਕੋਈ ਐਕਟੀਵਿਟੀ ਕਰ ਲਿਓ। ਹੁਣ ਕੰਕਲੂਜਨ ਦੱਸਿਆ ਗਿਆ, ਇਟਸ ਨਾਟ ਗੁੱਡ ਟੂ ਅਵੋਇਡ ਸੁਜੈਸ਼ਨਸ ਔਰ ਟਰਾਈ ਟੂ ਸਟੇ ਅਵੇ ਫਰੋਮ ਸਿਚੁਏਸ਼ਨ ਔਰ ਪ੍ਰੋਬਲਮ, ਇਹ ਵਧੀਆ ਗੱਲ ਨਹੀਂ ਹੈ ਜਦ ਤੁਸੀਂ ਸਮੱਸਿਆਵਾਂ ਤੋਂ ਘਬਰਾਉਂਦੇ ਹੋ, ਦੂਰ ਰਹਿੰਦੇ ਹੋ, ਅਤੇ ਜੇ ਕੋਈ ਸੁਝਾਅ ਦੇ ਤੁਸੀਂ ਉਹਨੂੰ ਸੁਣਦੇ ਨਹੀਂ ਹੋ। ਨੈਵਰ ਰਿਐਕਟ ਬਟ ਐਕਟ ਵਿਦ ਵਿਜ਼ਡਮ, ਰਿਐਕਟ ਨਾ ਕਰੋ, ਠੀਕ ਹੈ ਵੀ ਇਹ ਕਰਤਾ ਮੈਂ ਹੁਣ ਇਹ ਕਰਾਂਗਾ, ਸਗੋਂ ਸੋਚ ਸਮਝ ਕੇ ਵਿਜ਼ਡਮ ਯਾਨੀ ਸਮਝਦਾਰੀ ਦੇ ਨਾਲ ਬਿਹੇਵ ਕਰੋ। ਟਰਾਈ ਟੂ ਡੂ ਗੁੱਡ ਈਵਨ ਵਿਦ ਦ ਬੈਡ, ਜੇ ਕੋਈ ਮਾੜਾ ਕਰਦਾ ਉਹਦੇ ਨਾਲ ਵੀ ਚੰਗਾ ਕਰਨ ਦੀ ਕੋਸ਼ਿਸ਼ ਕਰੋ, ਆਪਣੇ ਆਪ ਨੂੰ ਸਾਫ਼ ਰੱਖੋ। ਨੈਵਰ ਬਲੇਮ ਅਦਰਸ ਬਟ ਡਿਸਪਲੇ ਯੋਰ ਗੁੱਡ ਐਟੀਟਿਊਡ, ਕਦੇ ਦੂਜੇ ਨੂੰ ਬਲੇਮ ਕਰਕੇ ਕੋਈ ਫਾਇਦਾ ਨਹੀਂ ਮਿਲਦਾ, ਬੰਦੇ ਨੇ ਜਿਹਨੇ ਗਲਤੀ ਮੰਨੀ ਹੁੰਦੀ ਹੈ ਉਹ ਮੰਨ ਹੀ ਲੈਂਦਾ। ਆਪਣਾ ਜਿਹੜਾ ਐਟੀਟਿਊਡ ਹੈਗਾ, ਆਪਣਾ ਰਵੱਈਆ ਜਿਹੜਾ ਉਹ ਠੀਕ ਰੱਖੋ, ਠੀਕ ਹੈ। ਅਤੇ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਕੁਛ ਨਾ ਕੁਛ ਸਿੱਖਣ ਨੂੰ ਜ਼ਰੂਰ ਮਿਲਿਆ ਹੋਏਗਾ। ਬਾਕੀ ਦੇ ਚੈਪਟਰਸ ਮੈਂ ਦੱਸਿਆ ਪਲੇਲਿਸਟ ਦੇ ਵਿੱਚ ਐਡਿਡ ਨੇ, ਤੁਸੀਂ ਜਾ ਕੇ ਦੇਖ ਸਕਦੇ ਹੋ। ਏਸੀ ਅੱਜ ਦੀ ਕਲਾਸ, ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਫਿਰ ਮਿਲਾਂਗੇ, ਟਿਲ ਦੈਨ ਟੇਕ ਕੇਅਰ, ਬਾਏ ਬਾਏ।